पत्र देखते दे हाँ ये पत्थर है असी अपने पिता जी निस विच कि अलाना इम्तिहान जो सा सफलता है उन्होंने बारे दसा अपने पिता जी पत्तर दे पत्थर ठीक है पहला सब तो पहला आएगा घर का एड्रेस जिथे की अने ठीक है।, है जी पांच सौ पंद्रह सत्तर वी बी चंडीगढ़ फिर अगे आएगी डेट ਜਿੰਨੀ ਵੀ ਡੇਟ ਹੋਇਆ ਹੀ ਉਸ ਤਰੀਕ ਨੂੰ ਜਨਵਰੀ ਜਿੰਨੀ ਵੀ 25 2023 ਠੀਕ ਹੈ ਜੋ ਵੀ ਉਸ ਦਿਨ ਦੀ ਡੇਟ ਹੋਏਗੀ ਜਿਸ ਦਿਨ ਤੁਸੀਂ ਪੱਤਰ ਲਿਖੋਗੇ ਪਹਿਲਾਂ ਆ ਗਿਆ ਘਰ ਦਾ ਐਡਰੈਸ ਉੱਪਰ ਥੱਲੇ ਫਿਰ ਆ ਗਈ ਤਰੀਕ ਉਸ ਤੋਂ ਬਾਅਦ ਅਸੀਂ ਸੰਬੋਧਨ ਕਿੰਨੂ ਕਰਦੇ ਆ ਕਿਉਂਕਿ ਪਿਤਾ ਜੀ ਨੂੰ ਪੱਤਰ ਲਿਖਣਾ ਹੈ ਇਸ ਕਰਕੇ ਪਿਤਾ ਜੀ ਨੂੰ ਸੰਬੋਧਨ ਅਸੀਂ ਕਰਾਂਗੇ ਪਿਆਰੇ ਪਿਤਾ ਜੀ ਸਾਡਾ ਦਸਤੀ ਦਾ ਨਤੀਜਾ ਕੱਲ ਹੀ ਨਿਕਲਿਆ ਹੈ ਤੁਹਾਨੂੰ ਇਹ ਜਾਣ ਕੇ ਪ੍ਰਸੰਤਾ ਹੋਏਗੀ ਕਿ ਮੈਂ ਸਾਰੇ ਰਾਜ ਵਿੱਚੋਂ ਦੂਜੇ ਨੰਬਰ ਤੇ ਆਇਆ ਹਾਂ ਮੈਂ 97% ਅੰਕ ਪ੍ਰਾਪਤ ਕੀਤੇ ਹਨ ਮੇਰੇ ਮੁਖ ਅਧਿਆਪਕ ਅਤੇ ਅਧਿਆਪਕ ਸਵੇਰੇ ਸਾਡੇ ਘਰ ਆਏ ਸਨ ਉਹਨਾਂ ਨੇ ਮੇਰੀ ਬਹੁਤ ਹੀ ਪ੍ਰਸ਼ੰਸਾ ਕੀਤੀ ਅਤੇ ਮੈਨੂੰ ਆਸ਼ੀਰਵਾਦ ਵੀ ਦਿੱਤਾ ਉਹਨਾਂ ਨੇ ਮਾਤਾ ਜੀ ਨੂੰ ਵਧਾਈ ਵੀ ਦਿੱਤੀ ਅਸੀਂ ਉਹਨਾਂ ਨੂੰ ਚਾਹ ਪਿਲਾਈ ਇਸ ਮੌਕੇ ਤੇ ਤੁਹਾਨੂੰ ਸਾਰਿਆਂ ਨੇ ਬਹੁਤ ਹੀ ਯਾਦ ਕੀਤਾ पिता जी तुम तो कदो कर रहे हो स्कूल अगले हफ्ते तो लगना शुरू हो जाएगा बहुत यारे मुंडा है पुत्र संबोधन हो जे कु है फिर पुत्री संबोधन होगी ठीक है अगे आएगा ना थले सब तो आएगा न ठीक है उपर आ गया सब तू तो पता फिर आ गई तरीक ते संबोधन जिन्हों असी प्यारे पिता जी संबोधन किया है जे माता जी ने संबोधन करना से फिर प्यार आ, प्यारे माता जी ठीक है पिता जी ने संबोधन किया प्यारे पिता जी सारा अगो डिटेल दे दस के थले आ गया मतलब कि प्यारा पुत्र ज पुत्री तो अगे आ गया ना यी जी खुश खबरी दसन की नतीजे बारे ਪਿਛਲੇ ਅਸੀਂ ਜਿਹੜਾ ਤੁਹਾਨੂੰ ਜਿਹੜੀ ਦੱਸੀ ਹੈਗੀ ਸੀ ਫੀਸ ਮਾਫੀ ਦੀ ਅਰਜੀ ਉਹਦੇ ਵਿੱਚ ਵੀ ਅਸੀਂ ਦੱਸਿਆ ਸੀ ਕਿੱਦਰੇ ਪਾਸੇ ਜਿਹੜਾ ਵਾ ਉਹ ਮੁੱਖ ਦੇ ਅੱਪਕ ਕਿਸ ਤਰ੍ਹਾਂ ਦੀ ਹੈ સેવા ਵਿਖੇ ਕਿਸ ਤਰ੍ਹਾਂ ਕਿੱਦਾਂ ਆਏਗਾ ਉਪਰ ਦਾ ਥੱਲੇ ਦਾ ਜਿਹੜਾ ਵਾ ਉਹ ਮੇਨ ਜਿਹੜਾ ਹੈਗਾ ਉਹ ਅਰਜੀ ਦੇ ਵਿੱਚ ਜਿਹੜਾ ਵਾ ਮੇਨ ਜਿਹੜਾ ਜਿਹਦੇ ਅੰਕ ਮਿਲਦੇ ਨੇ ਉਹ ਉੱਪਰ ਵਾਲੇ ਤੇ ਥੱਲੇ ਵਾਲੇ ਦੇ ਮਿਲਦੇ ਨੇ ਠੀਕ ਹੈ ਇਸੇ ਤਰ੍ਹਾਂ ਹੀ ਅਸੀਂ ਸੰਬੋਧਨ ਹੁਣ ਕੀਤਾ ਏ ਚਿੱਠੀ ਲਿਖੀ ਹੈ ਆਪਣੇ ਪਿਤਾ ਜੀ ਨੂੰ ਠੀਕ ਹੈ ਆ ਸੋਹਣੀ ਖੁਸ਼ੀ ਵਿੱਚ ਤੇ ਉਹਦਾ ਵੀ ਅਸੀਂ ਦੱਸ ਦਿੱਤਾ ਕਿ ਕਿਸ ਤਰ੍ਹਾਂ ਉੱਪਰ ਵਾਲਾ ਤੇ ਥੱਲੇ ਵਾਲਾ ਜਿਹੜਾ ਵਾ ਉਹ ਆਏਗਾ ਤੇ ਵਿਚਕਾਰ ਜਿਹੜਾ ਜਿਹੜਾ ਵਿਸ਼ਾ ਹੋਏਗਾ ਉਹ ਅਸੀਂ ਵਿਚਕਾਰ ਜਿਹੜਾ ਵਿਸ਼ਾ ਜਿਹੜਾ ਵਾ ਉਹ ਲਿਖ ਦਿੱਤਾ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਧੰਨਵਾਦ